ਵੇ ਤੂੰ ਵੀਰਗਾਂ ਦਾ ਰੱਖ ਲਈ ਖਿਆਲ ਵੇ ਹੁਣ ਇੰਨਾ ਤਾਂ ਨੀ ਦੂਰ ਕਿਤੇ ਜਾਵੇਂਗਾ ਫੀਲਿੰਗਾਂ ਦਾ ਰੱਖ ਲਈ ਖਿਆਲ ਵੇ ਇਹਦਾ ਮਤਲਬ ਤੁਹਾਨੂੰ ਪਤਾ ਕੀ ਆ ਫੀਲਿੰਗਾਂ ਕੀ ਹੁੰਦੀਆਂ ਨੇ ਫੀਲਿੰਗਾਂ ਉਹ ਹੁੰਦੀਆਂ ਨੇ ਬਾਬਿਓ ਜਿਨ੍ਹਾਂ ਦੀਆਂ ਬਹੁਤ ਜ਼ਿਆਦਾ 50-60 ਸਹੇਲੀਆਂ ਰਹਿ ਚੁੱਕੀਆਂ ਹੁੰਦੀਆਂ ਨੇ ਸਿਰਾ ਤੋਂ ਸਿਰਾ ਮਾੜੀ ਤੋਂ ਮਾੜੀ ਮੀਡੀਅਮ ਤੋਂ ਮੀਡੀਅਮ ਹਾਈ ਤੋਂ ਹਾਈ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੂੰ ਫੀਲਿੰਗ ਆਉਣੋਂ ਹਟ ਜਾਂਦੀ ਹੈ ਜਦੋਂ 50 ਸਹੇਲੀਆਂ ਕ੍ਰੋਸ ਕਰਕੇ ਤਾਂ ਉਹਨਾਂ ਨੂੰ ਫੀਲਿੰਗ ਆਉਣੋਂ ਹਟ ਜਾਂਦੀ ਹੈ ਇਹ ਬਾਬੇ ਬਹੁਤ ਜ਼ਿਆਦਾ ਆਪਣੇ ਪੰਜਾਬ ਦੇ ਵਿੱਚ ਆਲ ਇੰਡੀਆ ਦੇ ਵਿੱਚ ਚੱਲਦਾ ਫਿਰ ਉਹਨਾਂ ਦਾ ਜਦੋਂ ਵਿਆਹ ਹੁੰਦਾ ਤਾਂ ਆਪਣੇ ਘਰ ਵਾਲਿਆਂ 'ਤੇ ਉਹਨਾਂ ਨੂੰ ਫੀਲਿੰਗ ਨਹੀਂ ਆਉਂਦੀ ਬਾਬੇ ਫੀਲਿੰਗ ਨਹੀਂ ਆਉਂਦੀ ਇਹਦਾ ਮੇਨ ਰੀਜ਼ਨ ਹੁੰਦਾ 50-60 ਸਹੇਲੀਆਂ ਰਹੀਆਂ ਹੁੰਦੀਆਂ ਰਿਮਿਕਸ ਕਿਸੇ ਤਰ੍ਹਾਂ ਦੀ ਕਿਤੇ ਕਿਸੇ ਤਰ੍ਹਾਂ ਦੀ ਸੋ ਜਿਹੜੇ ਨਵੇਂ ਬੰਦੇ ਆਸ਼ਕੀ ਦੇ ਵਿੱਚ ਪੈਰ ਧਰਦੇ ਨੇ ਸੋ ਉਹਨਾਂ ਲਈ ਮੇਰੀ ਬੇਨਤੀ ਹੈ ਕਿ ਜੋ ਸਭ ਤੋਂ ਪਹਿਲਾਂ ਤੁਸੀਂ ਬਾਬੇ ਜਿਹੜੇ ਇਹ ਫੀਲਿੰਗ ਵਾਲਾ ਕੰਮ ਹੈ ਤਾਂ ਬਚਣ ਦਾ ਲਈ ਇੱਕੋ ਇੱਕ ਹੱਲ ਹੈ ਇੱਕੋ ਇੱਕ ਕਿ ਜਿਵੇਂ ਹੁਣ ਸਟਾਰਟਿੰਗ ਦੇ ਵਿੱਚ ਜਵਾਨੀ ਬੰਦੇ ਦੇ ਸਟਾਰਟ ਹੁੰਦੀ ਹੈ ਤਾਂ ਬਾਬੇ ਪਹਿਲਾਂ ਟੈਂਪੂ ਕੈਰੀ ਨਾ ਚਲਾਓ ਸਾਡੇ ਵਾਂਗੂ ਕੈਰੀਆਂ ਨਾਲਾਂ ਟੈਂਪੂ ਕੈਰੀ ਨਾਲ ਉਹ ਚਲਾਓ ਉਸ ਤੋਂ ਬਾਅਦ ਸਭ ਤੋਂ ਲੋਅ ਲੈਵਲ ਦੀ ਕੁੜੀ ਨਾਲ ਗੱਲ ਕਰੋ ਤੁਸੀਂ ਭੈਣ ਚੋਂ ਤੋਂ ਸਿੱਧੀ ਹਾਈ ਲੈਵਲ ਦੀ ਕੁੜੀ ਨਾਲ ਗੱਲ ਭਾਲ ਦਿਓ ਵੀ ਮੈਂ ਇਹਦੇ ਨਾਲ ਗੱਲ ਕਰਾਂ ਮੈਂ ਇਹਦੇ ਨਾਲ ਗੱਲ ਕਰਾਂ ਜਦੋਂ ਤੁਸੀਂ ਟੌਪ ਦੀ ਕੁੜੀ ਨਾਲ ਗੱਲਬਾਤ ਕਰਦੇ ਹੋ ਟੌਪ ਦੇ ਕੋਲ ਜਿਹੜਾ ਗੱਲਾਂ ਬਾਤਾਂ ਕਰੀ ਜਾਂਦੇ ਹੋ ਫਿਰ ਜੋ ਤੁਹਾਡੀ ਵਾਈਫ ਮੀਡੀਅਮ ਆ ਜਾਂਦੀ ਫਿਰ ਤੁਹਾਨੂੰ ਫੀਲਿੰਗ ਨਹੀਂ ਆਉਂਦੀ ਇਹ ਬਹੁਤ ਅੱਜ ਕੱਲ੍ਹ ਗੱਲਬਾਤ ਚੱਲ ਰਹੀ ਹੈ ਸੋ ਤੁਸੀਂ ਭੈਣ ਚੋਦੋਂ ਸਿੱਧੀ ਟੀ ਤਾਹਾਂ ਵਾਲੀ ਪੌੜੀ 'ਤੇ ਚੜ੍ਹਨ ਨੂੰ ਫਿਰਦੇ ਰਹਿੰਦੇ ਹੋ ਤੁਹਾਡੀ ਇਹ ਗੱਲ ਗਲਤ ਹੈ ਤੁਸੀਂ ਪਹਿਲਾਂ ਗਰਾਊਂਡ ਲੈਵਲ ਤੋਂ ਸਟਾਰਟ ਕਰੋ ਕੰਮ ਗਰਾਊਂਡ ਲੈਵਲ ਤੋਂ ਥੱਲੋਂ ਥੱਲੋਂ ਚੱਲੋ ਕਾਟੂ ਮਾਲ ਚੱਕੋ ਤੁਸੀਂ ਫਿਰ ਥੋੜ੍ਹਾ ਜਿਹਾ ਗਾਹਾਂ ਜਾ ਕੇ ਮਾੜਾ ਮੋਟਾ ਵਧੀਆ ਕਰੋ ਤੁਸੀਂ ਫਿਰ ਮਤਲਬ ਕਿ ਫਿੱਟ ਰਹੋ ਅਤੇ ਇੱਕ ਸਾਲ ਦੇ ਵਿੱਚ ਬਸ ਤੁਸੀਂ 2 ਸਹੇਲੀਆਂ ਬਣਾ ਸਕਦੇ ਹੋ ਬਸ 2 ਤੀਜੀ ਨਹੀਂ ਜੇ ਤੁਸੀਂ ਸਾਲ ਦੇ ਵਿੱਚ 10-10 ਸਹੇਲੀਆਂ ਚੇਂਜ ਕਰਦੇ ਹੋ ਤਾਂ ਆਉਣ ਵਾਲਾ ਭਵਿੱਖ ਤੁਹਾਡਾ ਮਾੜਾ ਹੈ ਤਾਂ ਬਾਬੇ ਉਹ ਤੁਹਾਡਾ ਵਾਈਫ ਨਾਲ ਤੁਹਾਡੀ ਰਲ ਤਲਾਕ ਵੀ ਹੋਊਗਾ ਅਤੇ ਬਹੁਤ ਕੁਛ ਹੋਊਗਾ ਅਤੇ ਰੌਲਾ ਗੌਲਾ ਚੱਲੂ ਤੁਹਾਨੂੰ ਫੀਲਿੰਗ ਹੁਣ ਹਟ ਜੂ ਹੁਣ 5 ਸਾਲ ਹੋ ਗਏ 5 ਸਾਲਾਂ 'ਚ 10-10 ਕਰ ਲਈਆਂ ਤਾਂ 5 ਸਾਲਾਂ 'ਚ 50 ਹੋ ਗਈਆਂ ਸਾਲ 'ਚ 10-10 ਕਰ ਲਈਆਂ ਲਿਆ ਅਤੇ ਐਂ ਹੋ ਗਿਆ ਕੰਮ ਸੋ ਮੈਂ ਤਾਂ ਕਰਕੇ ਬਾਬੇ ਗੱਲਬਾਤ ਦੱਸਦਾ ਅਤੇ ਬਚੋ ਗਰਾਊਂਡ ਲੈਵਲ 'ਤੇ ਚੱਲੋ ਕੈਰੀ ਨਾਲ ਚਲਾਓ ਟੈਂਪੂ ਟੂੰਪੂ ਚਲਾਓ ਪਹਿਲਾਂ ਫਿਰ ਤੁਸੀਂ ਮਾੜਾ ਕਾਟੂ ਮਾਲ ਚੁੱਕੋ ਫਿਰ ਐਂਡ 'ਤੇ ਆ ਕੇ ਤੁਸੀਂ ਮਾੜਾ ਮੋਟਾ ਤੁਸੀਂ ਆਹੋ ਤੁਸੀਂ ਭੈਣ ਜਦੋਂ ਸਿੱਧੀ ਜਿਹੜਾ ਐਂ ਕੰਮ ਕਰਦੇ ਆਉਣ ਵਾਲੇ ਟਾਈਮ ਤੁਹਾਡੇ ਫੀਲਿੰਗਾਂ ਖਤਮ ਹੋ ਜਾਣਗੀਆਂ ਤੁਹਾਨੂੰ ਫੀਲਿੰਗ ਨਹੀਂ ਆਇਆ ਕਰਨ ਤੁਸੀਂ ਲੌਂਡੇ ਬਣ ਜਾਓਗੇ ਭੈਣ ਜਦੋਂ ਤੁਸੀਂ ਤਾਂ ਭੈਣ ਜਦੋਂ ਨਮਰਦ ਹੋ ਜਾਓਗੇ ਜਮਾਂ ਜੇ ਤੁਹਾਡੇ ਵਾਲੇ ਦੁਆਲੇ 20 ਕੁੜੀਆਂ 24 ਘੰਟੇ ਬਣਾਈ ਰੱਖੀ ਤੁਸੀਂ ਖੱਸੀ ਹੋ ਜਾਓਗੇ ਜਮਾਂ ਖੱਸੀ ਜੇ ਤੁਸੀਂ ਤੁਸੀਂ ਕਿਉਂ ਹੋ ਜਾਓਗੇ ਕਿਉਂਕਿ ਤੁਸੀਂ ਇਹੋ ਜਿਹਾ ਕੁਛ ਕਦੇ ਦੇਖਿਆ ਨਹੀਂ ਹੁਣ ਜੇ ਤੁਸੀਂ ਆਪਣੇ ਮਾਮੇ ਡੈਨਵਲ ਇੰਜੀਨੀਅਰ ਦੀ ਗੱਲ ਕਰੋ ਉਹ ਨਹੀਂ ਖੱਸੀ ਹੁੰਦਾ ਉਹਨੇ ਭੈਣ ਚੋਂ ਤਾਂ ਸਟਾਰਟ ਹੈ ਤੁਸੀਂ ਇਹ ਕੰਮਾਂ 'ਚ ਵਿੱਚ ਆਓ ਉਹ ਇਹ ਗੱਲਾਂ ਨੂੰ ਸੀਰੀਅਸ ਨਹੀਂ ਲੈਂਦਾ ਉਹ ਕੁੜੀਆਂ ਬੈਠੀਆਂ ਉਹਨੂੰ ਐਂ ਲੱਗਦਾ ਵੀ ਮੁੰਡੇ ਬੈਠੇ ਨੇ ਮੇਰੇ ਕੋਲ ਤਾਂ ਉਹ ਫੀਲਿੰਗ ਨਹੀਂ ਲੈਂਦਾ ਇੰਨੀ ਨਾ ਹੀ ਉਹ ਇੰਨੇ ਕੈਂਪ ਲਾਉਂਦਾ ਦੇਖਣ ਨੂੰ ਬਸ ਉਹਦਾ ਆਪਦਾ ਬਿਜਨਸ ਚਲਾਉਂਦਾ ਜੇ ਤੁਸੀਂ ਕਹੋ ਵੀ ਡੈਨਵਲ ਜਿਹੜੀ ਤਾਂ ਖੱਸੀ ਹੁੰਦਾ ਨਹੀਂ ਉਹ ਇੰਨੀਆਂ 20-20 ਕੁੜੀਆਂ ਨਾਲ ਰੱਖਦਾ 24 ਘੰਟੇ ਉਹਨਾਂ ਦੇ ਵਿੱਚ ਪੈ ਰਹਿੰਦਾ ਨਾ ਉਹ ਸੋਚਦੇ ਨਹੀਂ ਹੈਗਾ ਇੰਨਾ ਜੇ ਤੁਹਾਡੇ ਮੈਂ ਕਹਿੰਦਾ ਆਲੇ ਦੁਆਲੇ 20 ਕੁੜੀਆਂ ਮਹੀਨਾ ਰੱਖ ਦਈਏ ਮੈਂ ਕਿਹੜਾ ਤੁਸੀਂ ਤਾਂ ਜਮਾਂ ਮਰਦ ਹੋ ਜੋ ਭੈਣ ਚੋਦੋ ਉਹਦਾ ਰੇਹੜੀ 'ਚ ਪਾ ਕੇ ਲਿਜਾਣੇ ਪਿਆ ਕਰੋ ਜਮਾਂ ਖੱਸੀ ਹੋ ਜਾਓ ਤੁਸੀਂ ਐਵੇਂ ਵੀ ਲਾਲਾ ਜਿਹਾ ਛੱਡ ਛੱਡ ਭੈਣ 'ਚ ਸੋ ਇਹ ਚੀਜ਼ਾਂ ਨੇ ਅੱਜ ਕੱਲ੍ਹ ਬਹੁਤ ਇਹ ਜਰਨਲ ਨੌਲੇਜ ਗੱਲਾਂ ਨੇ ਤੁਹਾਨੂੰ ਤਾਂ ਲੱਗਣਗੀਆਂ ਲੁੱਚੀਆਂ ਗੱਲਾਂ ਗਾਂਦੀਆਂ ਪਰ ਇਹ ਭੈਣ ਚੋਦੋ ਤੁਹਾਨੂੰ ਕੋਈ ਨਹੀਂ ਦੱਸ ਸਕਦਾ ਇਹ ਕੋਟ ਦੋਨੇ ਵਾਲੇ ਸ਼ਾਂਤੀ ਦੱਸਣਗੇ ਔਰ ਤੁਹਾਨੂੰ ਕੋਈ ਨਹੀਂ ਦੱਸਦਾ ਇਹ ਗਾਣੇ ਦੇ ਡੂੰਘੇ ਅਰਥ ਨੇ ਜਿਹਨੇ ਲਿਖਿਆ ਉਹਨੂੰ ਵੀ ਨਹੀਂ ਪਤਾ ਜਿਹਨੇ ਗਾਇਆ ਉਹਨੂੰ ਵੀ ਨਹੀਂ ਪਤਾ ਵੇ ਤੂੰ ਫੀਲਿੰਗਾਂ ਦਾ ਰੱਖ ਲਈ ਖਿਆਲ ਵੇ ਤੂੰ ਐਵੇਂ ਤਾਂ ਨਹੀਂ ਟੱਟੇ ਢਿੱਲੇ ਕਰਾਏਗਾ ਮੈਨੂੰ ਬਾਅਦ ਵਿੱਚ ਐਵੇਂ ਮਾਰਿਆ ਜਾਏਗਾ ਇਹ ਬਾਬੇ ਗਾਣੇ ਆਏ ਨੇ ਡੂੰਘੇ ਅਰਥ ਵਾਲੇ ਗਾਣੇ ਨੇ ਇਹ ਫੀਲਿੰਗਾਂ ਉਹ ਫੀਲਿੰਗਾਂ ਨਹੀਂ ਹੁੰਦੀਆਂ ਫੀਲਿੰਗ ਉਹ ਹੁੰਦੀ ਆ ਜਿਹੜੀ ਤੁਸੀਂ ਬਾਬੇ ਉਹ ਭੈਣ ਚੋਦੋ ਜਿਹਦਾ ਐਂਡ ਹੈ ਜਿਹੜੇ ਪਿਆਰ ਪਿਊਰ ਸਭ ਦਾ ਐਂਡ ਉਹ ਹੈ ਨਾ ਉਹੀ ਹੈ ਫੀਲਿੰਗਾਂ ਇਹ ਉਹਦਲੀਆਂ ਫੀਲਿੰਗਾਂ ਕੱਚੀਆਂ ਫੀਲਿੰਗਾਂ ਹੁੰਦੀਆਂ ਨੇ ਜੇ ਤੁਸੀਂ ਡੈਨਵਲ ਇੰਜੀਨੀਅਰਿੰਗ ਦੀ ਗੱਲ ਕਰਦੇ ਹੋ ਉਹ ਬਾਬੇ ਮੇਰਾ ਮਾਮਾ ਹੈ ਮੈਨੂੰ ਸਾਰਾ ਕੁਛ ਪਤਾ ਮੈਂ ਰਹਿ ਕੇ ਆਉਂਦਾ ਰਿਹਾ ਉਹਦੇ ਕੋਲ 6-6 ਮਹੀਨੇ ਮੈਂ ਲਾਉਂਦਾ ਰਿਹਾ ਬਾਬੇ ਉਹ ਅਤੇ ਮੈਨੂੰ ਸਾਰਾ ਕੁਛ ਪਤਾ ਮੈਂ ਤਾਂ ਕਰਕੇ ਉਹਦੀ ਗੱਲਬਾਤ ਦੱਸਦਾ ਮੇਰੇ ਮਾਮੇ ਨੇ ਬੜਾ ਭੈਣ ਚੋਂ ਬੈਗਰਾ ਸੇਵਨ ਕਰਿਆ ਸੀ ਬਾਬੇ ਉਹ ਹਰ ਇੱਕ ਉਹਨੂੰ ਅਟੈਕ ਆ ਗਿਆ ਸੀਗਾ ਅਤੇ ਬਚ ਗਿਆ ਉਹ ਅਤੇ ਡਾਕਟਰ ਨੇ ਹੁਣ ਮਨਾ ਕੀਤਾ ਹੋਇਆ ਜੇ ਦੁਬਾਰੇ ਕੀਤਾ ਸਿੱਧਾ ਤਾਹਾਂ ਜਾਊਗਾ ਹੁਣ 2 ਵਾਰੀ ਦੌਰੇ ਪੈ ਜਾਓ ਕਿਉਂਕਿ ਉਹਦਾ ਤੀਜਾ ਦੌਰਾ ਜੇ ਪੈ ਗਿਆ ਖਤਮ ਹੈ ਸੋ ਮੈਂ ਮਾਮੇ ਨੂੰ ਕਹਿਣਾ ਨਾ ਮਾਮਾ ਕਿਉਂ ਮਹਾਂ ਤੂੰ ਭੈਣ ਚੋਂ ਦਾ ਦੌਰਾ ਪੈ ਕੇ ਮਰੇਗਾ ਤੇਰੇ ਕੋਲ ਇੰਨਾ ਪੈਸਾ ਇੰਨਾ ਰਪੌੜਾ ਹੈ ਤੂੰ ਐਵੇਂ ਕੰਮ ਖਰਾਬ ਕਰੇਗਾ
ਤੇ ਬੰਦਾ ਵਧੀਆ ਮਾਮਾ, ਤੇ ਜਦੋਂ ਮੈਂ ਜਾਂਦਾ ਮੈਨੂੰ ਘੱਟੋ ਘੱਟ $5,000 ਦਿੰਦਾ ਹੁੰਦਾ ਮਾਮਾ. ਮੈਂ ਮਤਲਬ ਵਰਜਿਸ ਰਹਿਣਾ, ਮੈਂ ਇਹ ਕੰਮ ਕਰਨਾ ਹੀ ਨੀ. ਬਸ ਤੂੰ ਹੈਗਾ ਮਾਮਾ ਬਥੇਰਾ, ਤੈਂ ਕੁਛ ਕਰ ਲੈ, ਮੇਰੇ ਪਿੰਡ ਦਾ ਹਰ ਕੁੱਤ ਤੈਂ ਗੱਲਣ, ਮੈਂ ਥੋੜਾ ਕਰਨਾ. ਐਸ ਲੱਗ ਚੁੱਕੀ ਆ ਉਸਤਾਦ ਜੀ. ਸੁਰ ਕਿੰਨੇ ਹੁੰਦੇ ਨੇ ਜੀ ਟੋਟਲ? ਸੁਰ ਟੋਟਲ ਸੁਰਾਂ ਦੀ ਜੇ ਗੱਲ ਕਰੀਏ ਤਾਂ ਸੁਰ ਕਦੀ ਖਤਮ ਹੀ ਨੀ ਹੁੰਦੇ. ਸੋ ਵੈਸੇ ਬੇਸਿਕਲੀ ਸੁਰ ਸੱਤ ਹੁੰਦੇ. ਸੱਤ ਹੁੰਦੇ ਜੀ? ਅਸੀਂ ਕਹਿ ਰਹੇ ਵੀ 12 ਸੁਰ ਹੁੰਦੇ ਨੇ, 13ਵੇਂ ਤੱਕ. ਸੱਤ ਸੁਰੋਂ ਸੇ ਬਣੇ ਰੰਗੋਲੀ. ਅੱਛਾ, ਲਾ ਲਓ ਸੱਤਾਂ ਸੁਰਾਂ ਚੋਂ ਪਤਾ ਹੀ ਨੀ ਕੀ ਕੀ ਨਿਕਲ ਆਉਂਦਾ. ਅੱਛਾ ਜੀ, ਅਣਗਿਣਤ ਸੁਰ ਨਿਕਲੇ ਮੈਨੂੰ. ਠੀਕ ਹੈ ਜੀ, ਠੀਕ ਹੈ. ਜਿਹੜਾ ਪੂਰਾ ਪੂਰਾ ਰੰਗ ਕੇ ਗਾਈਦਾ ਹੁੰਦਾ ਉਹ ਕਿਹੜੇ ਸੁਰ ਹੁੰਦਾ ਜੀ? ਮਰਜ਼ੀ ਭਾਵ. ਅੱਛਾ, ਠੀਕ ਹੈ. ਬਹੁਤ ਕੁਛ ਇਹਦੇ ਵਿੱਚ, ਬਹੁਤ ਕੁਛ. ਬਹੁਤ. ਇਹਦਾ ਕੋਈ ਅੰਤ ਤਾਂ ਨਹੀਂ? ਇਹਦਾ ਅੰਤ ਨਾ ਹੋਇਆ ਨਾ ਹੋਣਾ, ਜਿਵੇਂ ਸਮੁੰਦਰ ਲਾ ਲਓ, ਸਮੁੰਦਰ ਹੈ. ਮਿਊਜ਼ਿਕ ਦਾ ਕੋਈ ਅੰਤ ਨਹੀਂ? ਕੋਈ. ਇਹ ਤਾਂ ਬੱਚੇ ਯਾਰ, ਸਕੂਟਰ ਆ ਖੋਲਾ ਯਾਰ, ਲੈ ਕੇ ਜਾਂਦਾ ਸੀ ਉਹ. ਦੇਗਾ ਸਕੂਟਰ ਤੇਰਾ? ਹੈ ਸਕੂਟਰ ਦੇਗਾ? ਅੱਜ ਸਾਡੇ ਮਾਨ ਦਾ ਬਰਥਡੇ ਆ. ਮਾਨ ਮਾਨ ਯਾਰ, ਵੈਲੀ ਰੈਕਡ ਵਾਲਾ ਸਾਡਾ ਮਾਨ. ਹੈਪੀ ਬਰਥਡੇ ਮਾਨ ਬਾਬਿਓ. ਮਾਨ ਪਹਿਲਾਂ ਕਹਿੰਦਾ ਮੈਂ ਪੂਰਾ ਲੂੰਗੀ ਡਾਂਸ ਕਰਾਉਣਾ, ਵੱਡਾ ਪ੍ਰੋਗਰਾਮ ਕਰਨਾ. ਮੈਂ ਕਿਹਾ ਮਾਨ ਬਈ ਇੰਨਾ ਖਰਚ ਕਰਨ ਦਾ ਕੋਈ ਫਾਇਦਾ ਨਹੀਂ, ਆਪਾਂ ਉਹੀ ਹੋਰ ਕੰਮ ਤੇ ਲਾਵਾਂਗੇ, ਉਹ ਪੈਸੇ ਲਾਵਾਂਗੇ ਅਸੀਂ ਗਾਣੇ ਤੇ. ਹਾਂ, ਫਿਰ ਮਾਨ ਖਾਬ ਕਹਿੰਦਾ ਚਲੋ, ਫਿਰ ਵੀ ਕਹਿੰਦਾ ਮੈਂ ਹਟਦਾ ਤਾਂ ਹੈ ਨਹੀਂ, ਕਹਿੰਦਾ ਮੈਂ ਦੱਬਦਾ ਨਹੀਂ, ਕਹਿੰਦਾ ਚੱਲ ਮੈਂ ਛੋਟਾ ਕਰ ਲੂ ਥੋੜਾ ਜਿਹਾ, ਪਰ ਕਹਿੰਦਾ ਕਰੂੰਗਾ ਜ਼ਰੂਰ ਬਾਬੇ. ਹੁਣ ਫਿਰ ਮਾਨ ਦੇ ਅਸੀਂ ਬਾਰਡਰ ਤੇ ਚੱਲੇ ਹਾਂ, ਤੇ ਵੈਸੇ ਤਾਂ ਮੈਂ ਬਾਰਡਰ ਤੇ ਕਿਤੇ ਜਾਂਦਾ ਨਹੀਂ, ਹੁਣ ਪਤਾ ਹੀ ਹੈ, ਨਾ ਹੀ ਮੈਂ ਆਪਦਾ ਬਾਰਡੇ ਮਨਾਉਣਾ. ਪਰ ਮਾਨ ਸਾਡਾ ਯਾਰ ਬੇਲੀ ਖਾਸ ਬੰਦਾ ਨਾ, ਉਹ ਫਿਰ ਗੁੱਸੇ ਹੋ ਜਾਂਦਾ, ਜਾਣਾ ਪੈਣਾ ਸਾਨੂੰ ਬਾਬੇ. ਉਹ ਮਾਨ ਆ, ਮਾਨ ਆ, ਇਹ ਧੱਕ ਪਾਉਣੀ ਪੈਣੀ ਜੀ. ਗੱਲ ਕੀ ਆ? ਹਾਂ ਬਾਬੇ, ਉਹ ਇਹਨਾਂ ਦੀਆਂ ਭੈਣ ਚੋਦਾਂ ਦੀਆਂ ਲਿਫਟਾਂ ਵੀ ਬਾਬੇ ਚਾਂਦੀ ਦੀਆਂ ਨੇ, ਸੋਨੇ ਦੇ ਗੇਟ ਨੇ. ਬਹੁਤ ਤਕੜਾ ਪ੍ਰੋਗਰਾਮ ਕੀਤਾ ਹੋਇਆ ਭੈਣ ਚੋਦਾਂ ਨੇ. ਦੇਖਿਓ ਭੈਣ ਚੋਦੋ ਕਿਤੇ ਹੋਰ ਲੱਗ, ਕਿਸੇ ਦੇ ਕਮਰੇ 'ਚ ਵੜ ਜੇ, ਇੱਥੇ ਕਿਤੇ ਅਗਲੇ ਉੱਧਰ ਕੈਂਪ ਲੱਗਿਆ ਪਿਆ, ਉੱਥੇ ਤੁਸੀਂ ਜਾ ਖੜੋ. ਬਾਬੇ ਅਸੀਂ ਘੰਟਿਆਂ ਮਾਰ ਮਾਰ ਥੱਕ ਗਏ, ਮਾਂ ਤੂੰ ਮੁੰਡਾ ਭੈਣ ਅੰਦਰ ਕੈਂਪ ਕੁੰਪ ਲੱਗਿਆ ਪਿਆ. ਮਾਨ ਸਾਹਿਬ ਹੈਪੀ ਬਰਥਡੇ. ਮਾਨ ਸਾਹਿਬ ਥੈਂਕ ਯੂ, ਹੈਪੀ ਬਰਥਡੇ. Happy birthday to you, happy birthday to you. ਬਾਬੇ ਉਹ ਹੈਪੀ ਬਰਥਡੇ ਜੇ ਮਾਨ ਦਾ, ਮਾਨ ਨੇ ਬਾਬੇ ਪੂਰਾ ਸਿਸਟਮ ਤਿਆਰ ਰੱਖਿਆ ਪਿਆ, ਦੋ ਬਰਾਟ. ਬਾਬੇ ਉਹ ਪੂਰਾ ਪ੍ਰੋਗਰਾਮ ਓਕੇ ਆ, ਕੈਂਪ ਕੁੰਪ ਲੱਗਣਗੇ. ਬਾਬੇ ਸੁੱਤੇ ਪੈਣੇ ਆ, ਕਦੇ ਉੱਠ ਖੜਦੇ, ਪੂਰੀ ਤਿਆਰੀ ਆ. ਤੇ ਬਾਬੇ ਬਸ ਇਦੂ ਬਾਅਦ ਕਿਹੜਾ ਪਹਿਲਾ ਕੈਂਪ ਲਾਲੀ ਤੇਰਾ ਲਵਾ ਦਈਏ? ਬਾਬੇ ਉਹ ਪੂਰਾ ਤਗੜਾ ਪ੍ਰੋਗਰਾਮ ਹੈ, ਬੁਲਬੁਲੇ ਧਰੇ ਪਏ ਨੇ, ਇਹ ਗਰੰਟੀ ਆ ਬਾਬੇ. ਇੱਕ ਟੈਕ ਜੇ ਕਬੂਲਾ ਬਣਨਾ, ਦੋ ਨੀ ਲਾਉਣੇ. ਠੀਕ ਆ ਲਾਲੀ? ਠੀਕ ਹੈ ਲਾਲੀ ਤਾਂ, ਪਰ ਬਿਹਾਵਰ ਹੈ ਬੰਦਾ, ਇਹ ਕੰਮ ਤਾਂ ਕਰਦਾ ਨੀ ਲਾਲੀ. ਬਾਬੇ ਮੈਰਿਡ ਆ, ਬਾਕੀ ਸਾਰੇ ਛੜੇ ਆ, ਬਾਕੀ ਸਾਰੇ ਛੜੇ ਬੰਦੇ ਆ, ਲਾਲੀ ਇਕੱਲਾ ਮੈਰਿਡ ਹੈ. ਰਮਾਂਡਾ ਰਮਾਂਡਾ ਹੋਟਲ ਆ ਬਾਬੇ, ਰਮਾਂਡਾ ਕੋਈ ਵਾਲਾ ਮਹਿੰਗਾ ਰੈਂਟਰੀ ਬਾਬੇ, ਸਾਰੇ 700 ਰੁਪਏ ਚ ਰੂਮ ਹੈ. 700 ਆਪਣੇ ਨਾਲ ਲੈ ਦੇ ਭਾਈ, ਕੋਟ ਦੇ ਨਾਲ 700 ਚ ਰੂਮ ਹੈ. ਤੇ ਬਾਬਿਆ ਦੇ ਸਾਰਾ ਪ੍ਰਬੰਧ ਹੈ, ਦੋਸਤ ਨੂੰ ਡੱਡੀਆਂ ਮਿਲਣਗੀਆਂ ਨਾਲ ਫ੍ਰੀ, ਇਹ ਪਰ ਸੁੱਤੀਆਂ ਪਈਆਂ ਨੇ, ਦਿਲ ਦੁਲ ਜੇ ਸਾਰਾ ਕੁਛ ਮਿਲਣਗੇ. ਕੁੜੀਆਂ ਜਦੋਂ ਆ ਗਈਆਂ ਪੂਰੀਆਂ ਖੁਸ਼ ਹੋਣਗੀਆਂ, ਪੂਰੀਆਂ ਖੁਸ਼ ਬਾਗੋ ਬਾਗ. ਪਹਿਲਾਂ ਤੇ ਮਿਰਜ਼ਾ ਬਹੁਤ ਵਾਰੀ ਆਇਆ ਲੈ ਕੇ, ਹੈ ਨਾ ਮਿਰਜ਼ਾ? ਮਿਰਜ਼ਾ ਵੀ ਆਇਆ ਬਹੁਤ ਵਾਰੀ. ਤੇ ਸਾਡਾ ਯਾਰ ਆਪਣਾ ਰੋਬਿਨ ਪਟਵਾਰੀ, ਸਾਰੇ ਆਉਂਦੇ ਰਹਿਣ ਨੇ. ਇਹਨਾਂ ਨੂੰ ਮੈਂ ਘੱਟ ਜੀ ਕਰਾਉਣ ਨੂੰ, 700 ਇਹਨੂੰ, 600 ਕਰਾ ਲੈਣਾ. ਮੈਂ ਕਹਿ ਕੇ ਕਦੋਂ ਮਰਜ਼ੀ ਆਓ. ਚਲੋ ਬਈ, ਉਹ ਕਾਹਨੂੰ ਮਾਰੀ ਜਾਂਦਾ ਵਿਚਾਰੀ, ਯਾਰ ਸੌ ਜਾਂਦੇ ਨੇ ਵਿਚਾਰੀ ਸਾਰੀ ਰਾਤ, ਤੇ ਤੰਗ ਕਰੀ ਕਾਹਨੂੰ ਭੈਣ, ਉਹਨੂੰ ਸੌਣ ਨਹੀਂ ਦਿੰਦਾ. ਹਰ ਯਾਰ ਹੁਣ ਪਟਵਾਰੀ ਨੇ ਲਾਉਣਾ ਕੈਂਪ, ਯਾਰ ਕਾਹਨੂੰ ਤੰਗ ਕਰਦਾ ਤੂੰ? ਉਹ ਕਿਉਂ ਭੈਣ? ਬਾਬੇ ਸਾਡਾ ਯਾਰ ਲਾਲੀ, ਬਾਬੇ ਲਾਲੀ ਨੂੰ ਹੋ ਗਈ ਕਬਜ਼ੀ, ਬਾਬੇ ਲਾਲੀ ਦੀ ਕਬਜ਼ੀ ਦੂਰ ਕਰਨ ਵਾਸਤੇ ਬਾਬੇ ਸੰਤ ਮੰਗਾਇਆ. ਕੋਈ ਗੱਲ ਨੀ, ਕੋਈ ਗੱਲ ਨੀ ਲਾਲੀ, ਟੈਨਸ਼ਨ ਨਾ ਲੈ. ਕਿੰਨੇ ਦਿਨ ਹੋ ਗਏ ਪੁੱਤ ਕੱਢੀ ਗਈ ਨੂੰ? 3 ਦਿਨਾਂ ਦੇ ਵਿੱਚ, 3 ਦਿਨਾਂ ਦੀ ਕਬਜ਼ੀ ਖੋਲ ਲਾਂਗੇ ਆਪਾਂ ਸਾਰੇ, ਤੇ ਅੱਡ ਅੱਡ ਸੰਚੇ ਪੈਂਦੇ ਨੇ, ਉਹ ਤੇਰਾ ਮੈਸੇਜ ਮਿਲ ਲੂਗਾ. ਕੋਈ ਗੱਲ ਨੀ, ਆਪਾਂ ਕਰਦੇ ਪ੍ਰਬੰਧ ਕਬਜ਼ੀ ਕੁਬਜ਼ੀ ਨੂੰ, ਕਿਸੇ ਨੂੰ ਡਿੱਕ ਤੋਂ ਵੀ ਆਪਣੇ ਕੋਲ ਸਾਰਾ ਪ੍ਰਬੰਧ ਹੈ. ਕਿਹੜਾ ਹੋਟਲ ਹੈ? ਰਮਾਂਡਾ. ਰਮਾਂਡਾ ਰਮਾਂਡਾ ਰਮਾਂਡਾ, ਹੋਰ ਵੀ ਸਾਧਨੇ ਤੁਹਾਨੂੰ ਮੈਂ ਦਿਖਾਉਣਾ, ਕੱਢ ਕੇ ਜੇਗਾ ਬਹੁਤ ਕੁਝ. ਬਾਈ ਇੱਧਰ ਗੱਲ ਸੁਣੀ, ਬਾਈ ਇੱਧਰ ਮੰਗਦਾ ਬੰਦਾ. ਬਾਈ ਹੋਏਗਾ ਤੇਰੀ ਤੇਰੀ
ਤਰੀ ਲੀਂਡ ਮੰਗਦਾ ਏ ਟੱਟੇ ਤੜਕੇ ਕਦੇ ਝੋਟੇ ਦੇ ਲੋ ਚਾਚਾ ਵਾਓ ਵਾਓ ਚਾਚਾ ਚਾਚਾ ਵਾਓ ਚਾਚਾ ਖੂਨ ਵਾਲਾ ਕੇਕ ਚਾਚਾ ਹੈਪੀ ਬਰਥਡੇ ਚਾਚਾ ਥੈਂਕ ਯੂ ਵੀਰੇ ਥੈਂਕ ਯੂ ਧੰਨਵਾਦ ਸਾਰੇ ਪਿੰਡ ਯਾਰ ਸਾਰੇ ਜਿਹੜੇ ਜਿੰਨੇ ਵੀ ਬਹੁਤ ਬਹੁਤ ਯਾਰ ਮਾਨ ਸਾਹਿਬ ਸਿੰਘ ਦਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਮਾਨ ਤੁਹਾਡੇ ਵਾਸਤੇ ਗਿਫਟ ਲੈਂਦਾ ਇੱਕ ਮਾਨ ਸਾਹਿਬ ਗਿਫਟ ਲਉਂਗੇ ਇੱਕ ਰਾਵੜ ਦਾ ਗਿਫਟ ਲਿਆਦਾ ਸੀ ਰਾਵੜ ਦਾ ਕੁਛ ਸਮਾਨ ਸੀਗਾ ਰੋਬੀ ਮੋਮਬੱਤੀ ਲਾਉਂਦਾ ਹੋਇਆ ਬਾਈ ਜੀ ਚਮਚੇ ਨਾਲ ਕਿੱਥੇ ਲੁੱਟ ਹੋਣਾ ਵੱਢ ਕੇ ਧਰੋ ਥਾਲੀਆਂ ਚ ਇਹਨੂੰ ਅੱਧਾ ਅੱਧਾ ਵੱਢ ਕੇ ਧਰੋ ਥਾਲੀਆਂ ਚ ਧਰਕਰਾ ਵੱਢ ਕੇ ਧਰਦੇ ਧਰਦੇ ਤਿੰਨੇ ਧਰਦੇ ਬਾਬੇ ਪਿਘਲ ਜੂ ਕੇਕ ਛੇਤੀ ਛੇਤੀ ਖਾ ਲਓ ਕੇਕ ਪਿਘਲ ਗਿਆ ਓਏ ਪਾਲਾ ਪਾਲਾ ਬਰਫ ਪਾਲਾ ਬਰਫ ਪੱਲੇ 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 ਧਰ ਤਿਆਰ ਆ ਪ੍ਰੋਗਰਾਮ ਕਰੋ ਚੈਸ ਚੈਸ ਪਿਓ ਪਿਓ ਬੰਡਿਓ ਬਹੁਤ ਵਧੀਆ ਬਹੁਤ ਵਧੀਆ ਬਹੁਤ ਸੋਹਣੇ ਲੱਗਦੇ ਤੁਸੀਂ ਬਹੁਤ ਗਰਤ ਠਾ ਰੱਖੇ ਗਰਤ ਵਾਹ ਵਾਹ ਪਟਵਾਰੀ ਦੇ ਹੱਥ ਤੇ ਸੂਰ ਦਾ ਨਾੜੂਆ ਬਾਬਿਓ ਗਿੱਦੜ ਦੇ ਟੱਟਿਆਂ ਨੂੰ ਪੀ ਕੇ ਬਣਿਆ ਹੋਇਆ ਬਾਬਿਓ ਗੋਲਾ ਬਹੁਤ ਹੀ ਟੇਸਟੀ ਆ ਜੇ ਤੁਸੀਂ ਖਾ ਲਓ ਲੈ ਖਾ ਲਾ ਓਏ ਕੋਈ ਵੀ ਦਿੱਕਤ ਨਹੀਂ ਆਉਣੀ ਤੈਨੂੰ ਮੁੜ ਕੇ ਮੈਂ ਤੂੰ ਖਾ ਲਾ ਖਾ ਲਾ ਖਾਲਾ ਖਾ ਖਾ ਸਾਰਾ ਖਾਲਾ ਹੁਣ ਕਿੱਡੀ ਕੁ ਚੀਜ਼ ਆ ਬਹੁਤ ਤਕੜੀ ਚੀਜ਼ ਚੜਕੀ ਚੜਕੀ ਅੱਛਾ 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 ਚੜਕੀ ਚੜਕੀ ਘੱਟ ਪਾਇਓ ਘੱਟ ਭੈਣ ਦਾ ਲੋੜਾ ਪੈਗ ਲੈ ਕੇ ਭੱਜ ਗਿਆ ਤੂੰ ਘੱਟ ਪਾਈ ਉਹ ਭੈਣ ਨੂੰ ਲੈ ਕੇ ਜਾਣਾ ਔਖਾ ਹੋਣ ਤੈਨੂੰ ਪਾਣੀ ਪੀਣੀ ਭੈਣ ਤੋਂ ਉਹ ਜ਼ਰੂਰੀ ਆ ਸਹੀ ਆ ਭੈਣ ਚੋਦ ਨੇ ਬਾਲੀ ਪੀਲੀ ਬਾਲੀ ਪੀਲੀ ਲੈ ਕੇ ਜਾਣਾ ਔਖਾ ਹੋਣਾ ਭੈਣ ਚੋਦ ਨੂੰ ਬਦਮਾਸ਼ੀ ਕਰੀਦੀ ਕਿਸੇ ਜਿਗਰੀ ਦੇ ਕੋਲੋਂ ਹੋ ਕਿਸੇ ਭਗਵਤ ਕੋਲੋਂ ਪੇਠੂਆ ਵੀ ਨਾ ਹੋਵੇ ਬੰਦਾ ਲੋੜੋਂ ਵੱਧ ਤੀਵੀਆਂ ਦਾ ਯਾਰ ਵੀ ਨਾ ਹੋਵੇ ਹੋ ਬੰਦਾ ਲੋੜੋਂ ਵੱਧ ਤੀਵੀਆਂ ਦਾ ਯਾਰ ਵੀ ਨਾ ਹੋਵੇ ਹੋ ਸਦਾ ਚੁਗਲਾਂ ਨੂੰ ਚੁਗਲੀ ਦੀ ਸੁੱਜੀ ਰਹਿੰਦੀ ਓਏ ਸਹੁਰੇ ਪਿੰਡ ਦੂਜੀ ਯਾਰੀ ਨਹੀਂਓ ਗੁੱਜੀ ਰਹਿੰਦੀ ਓਏ ਹੋ ਲਾਉਣਾ ਪੈਗ ਜਾਂ ਦੇਖਣੇ ਆ ਕਿਰਦਾਰ ਵੀ ਨਾ ਹੋਵੇ ਬੰਦਾ ਲੋੜੋਂ ਵੱਧ ਤੀਵੀਆਂ ਦਾ ਯਾਰ ਵੀ ਨਾ ਹੋਵੇ ਹੋ ਪਿੰਡ ਦਾ ਪਤਾ ਨਹੀਂ ਹੈ ਫਿਰ ਹੁਣ ਹੁਣ ਕੀ ਪੀਏਗਾ
ਕਹਿੰਦਾ ਨੀਂਦ ਨੀ ਆਉਣੀ ਦੋ ਦਿਨ ਹੁਣ ਚੰਡੀਗੜ੍ਹ ਨੀ ਮਿਲਣੀ ਚੰਡੀਗੜ੍ਹ ਮਿਲਣੀ ਨੀ ਭਾਜੀ ਇਹਨੂੰ ਕਿੰਗਸ ਗੋਲਡ ਲੈ ਲਾ ਅੰਗਰੇਜ਼ੀ ਵਾਲੀ ਦਸ ਰੁਪਏ ਕਰ ਦੇ ਪੂ ਚ ਲੈ ਲੈ ਟਾਈਟ ਹੋ ਜਾ ਭੈਣ ਦਾ ਨਵਾਂ ਅੱਖਰ ਨਹੀਂ ਲੱਗਣਾ ਚਾਹੀਦਾ ਤੇਰੇ ਹੈ ਮਿਲ ਗਿਆ ਇਹ ਜਿਹੜੇ ਕਾਕਾ ਫਲੈਟਰੀ ਨਾ ਇਹਨਾਂ ਦੀ ਮਨਿਆਦ ਪਤਾ ਕਿੰਨੇ ਸਾਲ ਹੈ ਬਾਬਿਓ 88 ਦੇ ਵਿਚ ਦੇਖ ਲੋ ਬਾਬਿਓ ਬੰਦੇ ਆ ਬੈਠੇ ਨੇ ਸਾਰੀ ਰਾਤ ਪੀ ਗਏ ਬਾਬਿਓ ਆਹ ਦੇਖ ਲੋ ਭੈਣ ਚੋ ਅੱਧੀ ਕਰਤੀ ਇਹਨਾਂ ਨੇ ਹੁਣ ਉੱਠੇ ਨੇ ਬਾਬਿਓ ਇੰਨੀ ਦਾਰੂ ਕਿਵੇਂ ਪੀ ਗਿਆ ਇੰਨੀ ਦੇਰ ਤੁਸੀਂ ਹੈ ਓਏ ਇੰਨੀ ਦਾਰੂ ਕਿਵੇਂ ਪੀ ਜਾਂਦੇ ਹੋ ਪੈਣਾ ਬਾਬਿਓ ਤੁਹਾਡੇ ਫਲੈਟ ਦੇ ਤੀਜੇ ਫਲੋਰ ਤੱਕ ਪਾਣੀ ਹੋਣਾ ਤੀਜੇ ਫਲੋਰ ਤੱਕ ਬਾਬਿਓ ਭਗਤੋ ਠੀਕ ਹੋ ਤੁਸੀਂ ਸਾਰੇ ਆਮਣੇ ਹੁਣ ਤੈਨੂੰ ਠੀਕ ਹੋਣਾ ਪੈਣਾ ਆਮਣੇ ਤੇਰੀਆਂ ਸ਼ਿਕਾਇਤਾਂ ਬਹੁਤ ਆਉਣ ਲੱਗ ਗਿਆ ਭੈਣ ਚੋਦਾ ਤੂੰ ਮੇਰੀ ਕੱਲ ਪਰਸੋਂ ਲੱਸੀ ਕਰਦਾ ਸੀ ਤੂੰ ਲੱਥ ਹੋ ਗਿਆ ਭੈਣ ਚੋਦਾ ਤੂੰ ਇੰਨਾ ਗੰਦਾ ਮੰਦਾ ਮਾਲ ਚੱਕਣ ਲੱਗ ਗਿਆ ਤੂੰ ਸ਼ਰਮ ਕਰ ਇੰਨਾ ਗੰਦਾ ਮੰਦਾ ਚਾਹ ਮਾਲ ਤਾਂ ਮਣੀ ਬਰਾੜ ਨੀ ਚੱਕਦਾ ਇਹ ਵੀ ਭੈਣ ਚੋ ਮਾੜਾ ਮੋਟਾ ਵਧੀਆ ਚੱਕ ਲੈਂਦਾ ਤੂੰ ਜਮੀ ਸ਼ਰਮ ਲਾ ਲਈ ਭੈਣ ਚੋਦਾ ਮੰਡੀ ਤੂੰ ਵਰਤਣਾ ਅੱਛਾ ਜੀ